ਚਲੋ ਜਿਹੜਾ ਆਪਾਂ ਪਹਿਲੀ ਕਲਾਸ ਵਿੱਚ ਕੀਤਾ ਸੀ ਨਾ, ਤਾ ਤੇ ਤਿੰਨ, ਉਹ ਵਜਾਓ ਦੁਬਾਰਾ। ਤਾ ਤਿੰਨ, ਤਾ ਤਿੰਨ, ਤਾ ਤਿੰਨ, ਹਾਂ ਤਾ ਤਿੰਨ, ਹਾਂ ਥੋੜ੍ਹਾ ਇਹਨੂੰ ਸਿੱਧਾ ਰੱਖਣਾ ਨੇੜੇ, ਥੋੜ੍ਹਾ ਇਹਨੂੰ ਉੱਪਰ ਇਹਨੂੰ ਵਜਾਓ। ਹਾਂ ਤਾ ਤਿੰਨ, ਤਾ ਤਿੰਨ, ਹਾਂ ਤਾ ਤਿੰਨ, ਹਾਂ ਇਹ ਤਾ ਤਿੰਨ ਹੋ ਗਿਆ। ਹੁਣ ਇਹ ਕੀ ਹੈ? ਡੱਗਾ। ਓਕੇ, ਅਤੇ ਹੁਣ ਆਪਾਂ ਇਸ 'ਤੇ ਵਜਾਵਾਂਗੇ ਗੇ। ਗੇ ਇਹਨੂੰ ਉੱਪਰ ਰੱਖਣਾ, ਇੱਥੇ ਨਾਲ ਨਹੀਂ ਲੱਗਣਾ ਚਾਹੀਦਾ ਆਹ ਚੀਜ਼। ਓਕੇ, ਹਾਂ ਹੁਣ ਆਹ ਦੋਨੇ ਫਿੰਗਰਸ ਜੋੜ ਕੇ ਇੱਥੇ ਮਾਰੋ। ਇਹ ਕੀ ਹੈ? ਗੇ। ਗੇ, ਹਾਂ ਫਿਰ ਵਜਾਓ ਗੇ। ਅਤੇ ਫਿਰ ਇਹ ਵੀ ਫਿੰਗਰ ਮਾਰਨੀ ਆਪਾਂ ਗੇ। ਗੇ, 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 ਵੈਰੀ ਗੁੱਡ। ਗੇ, 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 ਹਾਂ ਨੌ ਨਹੀਂ ਮਾਰਨੇ, ਠੀਕ ਹੈ? ਠੀਕ, ਬਸ ਆਹ ਚੀਜ਼ ਮਾਰਨੀ ਹੈ। ਹਾਂ ਠੀਕ, ਗੇ, 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 ਇੱਥੋਂ ਨਾਲ ਨਹੀਂ ਲਾਣਾ। ਕਰੋ ਤਾ ਤਿੰਨ ਗੇ ਗੇ, ਤਾ ਤਿੰਨ ਗੇ ਗੇ, ਵੈਰੀ ਗੁੱਡ। ਫਿਰ ਫਿਰ ਵਜਾਓ ਤਾ ਤਿੰਨ ਗੇ ਗੇ, ਹੌਲੀ ਹੌਲੀ ਤਾ ਤਿੰਨ ਗੇ ਗੇ, ਇਹਨੂੰ ਨਾਲ ਰੱਖਣਾ ਥੋੜ੍ਹਾ ਜਿਹਾ ਨੇੜੇ ਰੱਖੋ ਹੱਥ ਨੂੰ। ਹਾਂ ਫਿਰ ਵਜਾਓ ਤਾ ਤਾ ਤਿੰਨ ਗੇ ਗੇ ਗੇ, ਵੈਰੀ।